ਅਰੇ ਮੁਰਦਾ ਹੈ ਹੀ ਕੋਈ ਨੀ, ਮੁਰਦਾ ਹੈ ਹੀ ਕੋਈ ਨੀ ਜੀ। ਇਸ ਵਾਸਤੇ ਕਿ ਪਹਿਲਾਂ ਹੀ ਇਸ ਕੀ ਤਸ਼ਰੀਹ ਹੋਈ ਹੈ। ਕਿਸ ਤਰ੍ਹਾਂ ਹੋਈ ਹੈ? ਅਲਿਫ ਲਾਮ ਮੀਮ ਤਰੇ ਅਰਬੇ ਤਰੇ ਅਰਬ ਅਲਿਫ ਲਾਮ ਮੀਮ ਜ਼ਾਲਿਕ ਅਲ ਕਿਤਾਬ ਲਾ ਰੈਬ ਫੀਹ ਸੁਭਾਨ ਅੱਲਾਹ ਹੁਦਾ ਲਿਲ ਮੁਤਕੀਨ। ਆਲਮ ਨਾ ਪੁੱਛੋ ਤੋ ਉਹ ਕਹਿ ਅਲਫ ਸੇ ਮੁਰਾਦ ਅੱਲਾਹ, ਲਾਮ ਤੇ ਮੁਰਾਦ ਜਿਬਰੀਲ ਅਮੀਨ, ਮੀਮ ਤੇ ਮੁਰਾਦ ਮੁਹੰਮਦ ਰਸੂਲੁਲਲਾਹ ਸੱਲਲਾਹੁ ਅਲੈਹਿ ਵਸੱਲਮ। ਕੁਝ ਆ ਵੀ ਕਿ ਇਹ ਹਰੂਫ ਮੁਕਾਤਿਆਤ ਹੈ ਉਨਕੀ ਡਿਕਸ਼ਨਰੀ ਮਾ ਜੀ ਜੀ ਮਾਰੀ ਮਾਂ ਨਾ ਉਨਕੀ ਮਾਂ ਔਲੀਆ ਕਾ ਨਾ 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 ਤਮ ਨਾ ਫਰਕ ਹੈ ਹਮ ਨਾ ਕੇ ਫਰਕ ਹੈ ਜੀ। ਅਲਫ ਤੇ ਮੁਰਾਦ ਮਸ਼ਰਕ ਮਗਰਬ, ਲਾਮ ਤੇ ਮੁਰਾਦ ਸ਼ਮਾਲ ਜਨੂਬ, ਮੀਮ ਤੇ ਮੁਰਾਦ ਤਖਤ ਸਰਾ ਤੇ ਅਰਸ਼ ਅਜ਼ੀਮ। ਇਸ ਮੁਹੀਤ ਕੇ ਵਿੱਚ ਜੇ ਕੁਝ ਹੈ ਇਸ ਮੇਂ ਕੋਈ ਸ਼ੱਕ ਨਹੀਂ। ਕਿਉਂ ਸ਼ੱਕ ਨਹੀਂ? ਅਲਫ ਲਾਮ ਮੀਮ ਜ਼ਾਲਿਕ ਅਲ ਕਿਤਾਬ, ਵਾਕਿਹੜੀ ਕਿਤਾਬ ਹੈ? ਕੁਰਾਨ ਪਾਕ ਤੇ ਕਲਾਮ ਹੈ, ਕੁਰਾਨ ਪਾਕ ਕਲਾਮ ਹੈ, ਇਲਾਹੀ ਹੈ, ਕਿਤਾਬ ਹੈ, ਇਲਾਹੀ ਨਹੀਂ? ਜੀ ਤੋ ਕੁਰਾਨ ਪਾਕ ਕਲਾਮ ਹੈ, ਇਲਾਹੀ ਹੈ, ਕਿਤਾਬ ਇਸਕੋ ਕਹਿਣਾ ਹੈ ਕਲਾਮ ਇਲਾਹੀ ਹੈ, ਜ਼ਾਲਿਕ ਅਲ ਕਿਤਾਬ ਕੀ ਹੈ? ਇਸਕੋ ਬਹੁਤ ਜਗ੍ਹਾ ਪੇ ਕਲਾਮ ਪਾਕ ਅੱਲਾਹ ਪਾਕ ਨੇ ਕੁਰਾਨ ਪਾਕ ਪੇ ਫਰਮਾਇਆ ਸੁਭਾਨ ਅੱਲਾਹ ਸੁਭਾਨ ਅੱਲਾਹ। ਸਭ ਤੋਂ ਪਹਿਲੀ ਬਹਿਸ ਜਿਹੜੀ ਇਸ ਪਰ ਹੋਈ ਵਾਹ ਹੋਈ ਕਿ ਆਦਮ ਅਲੈ ਸਲਾਮ ਨਾ ਪੁੱਛਿਓ ਜੋ ਕੀ ਹੈ, ਉਹਨਾਂ ਨੂੰ ਕਿਹਾ ਜੋ ਅਸਮਾਨ ਹੈ, ਜੋ ਪਹਾੜ ਹੈ, ਜੋ ਦਰਿਆ ਹੈ, ਜੋ ਪੁੱਛਿਆ ਉਹ ਦੱਸਿਓ। ਇਸ ਤੋਂ ਪਹਿਲਾਂ ਇਹ ਗੱਲ ਫਰਿਸ਼ਤਿਆਂ ਨੂੰ ਕਹੀ, ਇੰਨੀ ਜਾਇਲਨ ਫਿਲਰ ਦੇ ਖਲੀਫਾ ਉਹ ਇਹ ਜ਼ਮੀਨ ਵਿੱਚ ਇੱਕ ਆਪਣਾ ਖਲੀਫਾ ਪੈਦਾ ਕਰਨਾ ਚਾਹੁੰਦਾ। ਮਲਾਇਕਾ ਨੇ ਇਸ ਪਰ ਇਤਰਾਜ਼ ਕੀ ਹੋ? ਜੀ ਹਾਂ ਜੀ ਬਿਲਕੁਲ ਜੀ, ਜਿਸ ਵਕਤ ਇਤਰਾਜ਼ ਕੀ ਹੋ ਉਸ ਵਕਤ ਖੁਦਾਵੰਦ ਕਰੀਮ ਨੇ ਕਿਹਾ ਜੇ ਕੋਈ ਯੇ ਜਾਣੇ ਵੋ ਤਮ ਨਹੀਂ ਜਾਣਤਾ, ਤੇ ਆਦਮ ਅਲੈ ਸਲਾਮ ਤੇ ਇਮਤਿਹਾਨ ਦੀ ਹੋ ਜੋ ਮਾਮਲਾ ਖਤਮ ਹੋ ਗਿਆ ਕਿ ਆਦਮ ਹੈ ਜਿਹੜਾ ਖਲੀਫਾ ਹੈ, ਖਲੀਫਾ ਹੈ, ਇੰਨੀ ਜਾਇਲਨ ਫਿਲਰ ਦੇ ਖਲੀਫਾ, ਫਿਰ ਖਲੀਫਾ ਨਾ ਕਿ ਨਸੀਦ ਕੀ? ਜਿਤ ਕਾਨੂੰਨ ਬਣਾਉਣਾ ਹੋਵੇ, ਜਿਤ ਆਇਨ ਬਣਾਉਣਾ ਹੋਵੇ, ਜਿਤ